ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੋ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਰਗਵ ਚੱਡਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸੁਖਪਾਲ ਸਿੰਘ ਖੈਰਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ ਮੀਂਹ ਨੇ ਫਸਲ ਖਰਾਬ ਕਰਕੇ ਰੱਖ ਦਿੱਤੀ ਹੈ ਭਾਵੇਂ ਉਹ ਖੇਤਾਂ ਦੇ ਵਿੱਚ ਹੋਵੇ ਭਾਵੇਂ ਮੰਡੀਆਂ ਦੇ ਵਿੱਚ ਜੇ ਖੁੱਲੀ ਬਹਿਸ ਦੇ ਵਿੱਚ ਮੀਡੀਏਟਰ ਬਣਨ ਤੋਂ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਤੋਂ ਕਰਦੇ ਹਾਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸਵਾਈਐਲ ਦੇ ਮੁੱਦੇ ਤੇ ਇੱਕ ਚਿੱਠੀ ਲਿਖੀ ਗਈ ਹੈ। ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਮਨੋਹਰ ਲਾਲ ਖੱਟੜ ਨੇ ਭਗਵੰਤ ਮਾਨ ਨੂੰ ਇਹ ਚਿੱਠੀ ਇਸ ਲਈ ਲਿਖੀ ਹੈ ਕਿ ਐਸਵਾਈਐਲ ਦੇ ਮੁੱਦੇ ਤੇ ਆਓ ਆਪਾਂ ਇੱਕ ਮੀਟਿੰਗ ਕਰੀਏ ਅਤੇ ਇਸ ਮਸਲੇ ਦਾ ਹੱਲ ਕਰੀਏ। ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਆਪਣੀ ਚਿੱਠੀ ਦੇ ਵਿੱਚ ਮਨੋਹਰ لال ਖੱਟੜ ਨੇ ਇਹ ਦਾਵਾ ਕੀਤਾ ਹੈ ਕਿ ਜਿਸ ਦਿਨ 4 ਅਕਤੂਬਰ ਵਾਲੇ ਦਿਨ ਸੁਪਰੀਮ ਕੋਰਟ ਦੇ ਵੱਲੋਂ SYL ਨਹਿਰ ਦੀ ਜ਼ਮੀਨ ਦਾ ਸਰਵੇਖਣ ਕਰਨ ਦੇ ਆਦੇਸ਼ ਦਿੱਤੇ ਗਏ ਸਨ ਉਸ ਤੋਂ ਇੱਕ ਦਿਨ ਪਹਿਲਾਂ ਭਾਵ 3 ਅਕਤੂਬਰ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ ਸੀ ਮੀਟਿੰਗ ਕਰਨ ਦੇ ਲਈ ਖੱਟੜ ਨੇ ਦਾਵਾ ਕੀਤਾ ਹੈ ਕਿ 3 ਅਕਤੂਬਰ ਵਾਲੇ ਦਿਨ ਭਗਵੰਤ ਮਾਨ ਨੇ ਮੈਨੂੰ ਚਿੱਠੀ ਲਿਖੀ ਸੀ ਕਿ ਆਓ ਆਪਸ ਵਿੱਚ ਇੱਕ ਬੈਠਕ ਕਰੀਏ ਉਸ ਤੋਂ ਬਾਅਦ 4 ਤਰੀਕ ਨੂੰ ਸੁਪਰੀਮ ਕੋਰਟ ਦੇ ਵੱਲੋਂ ਐਸਵਾਈਐਲ ਦਾ ਸਰਵੇਖਣ ਕਰਨ ਦੇ ਆਦੇਸ਼ ਦੇ ਦਿੱਤੇ ਗਏ ਭਗਵੰਤ ਮਾਨ ਨੇ ਸਮਾਂ ਮੰਗਿਆ ਸੀ ਅਤੇ ਹੁਣ ਮੈਂ ਆਪਣੀ ਚਿੱਠੀ ਦੇ ਵਿੱਚ ਉਹਨਾਂ ਨੂੰ ਆਖ ਰਿਹਾ ਹਾਂ ਕਿ ਆਓ ਐਸਵਾਈਐਲ ਦੇ ਮੁੱਦੇ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਚਰਚਾ ਕਰੀਏ ਮਨੋਹਰ ਲਾਲ ਖੱਟੜ ਦੇ ਵੱਲੋਂ ਇਹ ਚਿੱਠੀ ਭਗਵੰਤ ਮਾਨ ਨੂੰ ਲਿਖੀ ਗਈ ਹੈ ਹੁਣ ਖੱਟੜ ਦੀ ਇਸ ਚਿੱਠੀ ਦਾ ਜਵਾਬ ਭਗਵੰਤ ਮਾਨ ਦੇ ਵੱਲੋਂ ਕਿਵੇਂ ਦਿੱਤਾ ਜਾਂਦਾ ਹੈ ਕਦੋਂ ਦਿੱਤਾ ਜਾਂਦਾ ਹੈ ਇਹ ਤਾਂ ਸਾਰਾ ਕੁਝ ਅਜੇ ਸਮਾਂ ਆਉਣ ਤੇ ਹੇ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵਧਦੇ ਆ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਗਵ ਚੱਡਾ ਨੂੰ ਰਾਜ ਸਭਾ ਦੇ ਵਿੱਚੋਂ ਮੁਅਤਲ ਕੀਤਾ ਗਿਆ ਹੈ ਉਹ ਵੀ ਅਣਮਿੱਥੇ ਸਮੇਂ ਲਈ ਜ਼ਿਆਦਾਤਰ ਸੰਸਦ ਮੈਂਬਰ ਜਿਹੜੇ ਹੁੰਦੇ ਨੇ ਜਦੋਂ ਉਹਨਾਂ ਤੇ ਕੋਈ ਇਲਜ਼ਾਮ ਲੱਗਦਾ ਹੈ ਅਨੁਸ਼ਾਸਨਹੀਣਤਾ ਆਦਿ ਦਾ ਤਾਂ ਉਹਨਾਂ ਨੂੰ ਇੱਕ ਇਜਲਾਸ ਲਈ ਮੁਅਤਲ ਕੀਤਾ ਜਾਂਦਾ ਹੈ ਪਰ ਰਗ ਵਿਚ ਡਾ ਨੂੰ ਅਣਮਿੱਥੇ ਸਮੇਂ ਲਈ ਮੁਅਤਲ ਕਰ ਦਿੱਤਾ ਗਿਆ ਹੈ ਜਿਸ ਦੇ ਖਿਲਾਫ ਉਹ ਸੁਪਰੀਮ ਕੋਰਟ ਚਲੇ ਗਏ ਹਨ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਰਾਜ ਸਭਾ ਦੇ ਸਖਤ ਰੇਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸਪਰੀਮ ਕੋਰਟ ਨੇ ਜੋ ਨੋਟਿਸ ਜਾਰੀ ਕੀਤਾ ਹੈ ਉਸ ਦਾ ਮਤਲਬ ਇਹ ਹੈ ਕਿ ਜੋ ਪਟੀਸ਼ਨ ਪਾਈ ਹੈ ਰਗਵ ਚੱਡਾ ਨੇ ਉਸ ਦੇ ਬਾਰੇ ਜਵਾਬ ਮੰਗਿਆ ਗਿਆ ਹੈ ਰਾਜ ਸਭਾ ਸਕੱਤਰੇਤ ਤੋਂ ਰਗਵ ਚੱਡਾ ਤੇ ਇਲਜ਼ਾਮ ਇਹ ਲੱਗਾ ਸੀ ਕਿ ਉਹਨਾਂ ਨੇ ਪੰਜ ਸੰਸਦ ਮੈਂਬਰਾਂ ਦੇ ਨਾਮ ਆਪਣੇ ਵੱਲੋਂ ਹੀ ਲਿਖ ਦਿੱਤੇ ਸਨ ਕਿ ਕੋਈ ਕੰਮ ਕਰਨ ਲਈ ਇਹ ਪੰਜ ਸੰਸਦ ਮੈਂਬਰ ਤਿਆਰ ਹਨ ਉਹਨਾਂ ਸੰਸਦ ਮੈਂਬਰਾਂ ਨੇ ਆਖ ਦਿੱਤਾ ਅਸੀਂ ਬਿਲਕੁਲ ਆਪਣਾ ਨਾਮ ਰਗਵ ਚੱਡਾ ਦੇ ਕੋਲ ਨਹੀਂ ਲਿਖਵਾਇਆ ਹੈ ਅਸੀਂ ਕੋਈ ਸਹਿਮਤੀ ਨਹੀਂ ਦਿੱਤੀ ਇਹ આરોਪ ਲੱਗ ਗਏ ਰਘਵ ਚੱਡਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਕਟਨਾਕਰਮਨ ਦੇ ਲਈ ਧੋਖਾ ਦੇਣ ਦੇ ਲਈ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਰਘਵ ਚੱਡਾ ਨੇ ਸੁਪਰੀਮ ਕੋਰਟ ਦੇ ਵਿੱਚ ਆਖਿਆ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਵੀ ਹੈ ਤਾਂ ਇੱਕ ਇਜਲਾਸ ਲਈ ਮੁਅੱਤਲ ਕੀਤਾ ਜਾਂਦਾ ਹੈ ਪਰ ਇਹਨਾਂ ਨੇ ਪੱਕਾ ਮੁਅੱਤਲ ਕੀਤਾ ਹੈ ਜੋ ਕਿ ਗਲਤ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਰਾਜ ਸਭਾ ਸਕੱਤਰ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਵੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਸਭ ਤੋਂ ਪਹਿਲਾਂ ਭਗਵੰਤ ਮਾਨ ਪਹੁੰਚੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ਾਜਲੀ ਦੇ ਵਿੱਚ ਜਿੱਥੋਂ ਦੇ ਪ੍ਰਵਿੰਦਰ ਸਿੰਘ ਸ਼ਹੀਦ ਹੋ ਗਏ ਸਨ ਫੌਜ ਦੇ ਵਿੱਚ 3 ਅਕਤੂਬਰ ਵਾਲੇ ਦਿਨ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਤੇ ਸਰਕਾਰ ਦੀ ਨੀਤੀ ਦੇ ਤਹਿਤ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਵੀ ਪਰਿਵਾਰ ਨੂੰ ਸੌਂਪੀ ਮੁੱਖ ਮੰਤਰੀ ਭਗਵੰਤ ਨੇ ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਸ਼ਹੀਦ ਦਾ ਬੁੱਤ ਪਿੰਡ ਦੇ ਵਿੱਚ ਲਾਇਆ ਜਾਵੇਗਾ ਅਤੇ ਉਹਨਾਂ ਦੀ ਪਤਨੀ ਨੂੰ ਜੇਕਰ ਸਰਕਾਰ ਨੇ ਭਾਵ ਕੇਂਦਰ ਸਰਕਾਰ ਨੇ ਫੌਜ ਨੇ ਨੌਕਰੀ ਨਾ ਦਿੱਤੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਪ੍ਰਵਿੰਦਰ ਸਿੰਘ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇਗੀ ਸਰਕਾਰੀ ਅਸੀਂ ਇਸ ਦੇ ਵਿਚਾਰ ਚਰਚਾ ਕਰਾਂਗੇ ਅਸੀਂ ਦੇਵਾਂਗੇ ਜੇਕਰ ਫੌਜ ਨੇ ਨਾ ਦਿੱਤੀ ਸੰਗਰੂਰ ਦੇ ਪਿੰਡ ਸ਼ਾਜਲੀ ਦੇ ਵਿੱਚ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਉਸ ਤੋਂ ਬਾਅਦ ਉਹ ਪਹੁੰਚ ਗਏ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਜਿੱਥੇ ਅਮਰਿਤਪਾਲ ਸਿੰਘ ਜਿਹੜੇ ਕਿ ਅਗਨੀ ਵੀਰ ਸਨ ਉਹ ਸ਼ਹੀਦ ਹੋਏ ਸਨ ਅਤੇ ਉਹਨਾਂ ਨੂੰ ਲੈ ਕੇ ਵਿਵਾਦ ਵੀ ਹੋ ਰਿਹਾ ਸੀ ਕਿਉਂਕਿ ਬੰਦਾ ਮਾਨ ਸਤਕਾਰ ਫੌਜ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਨਹੀਂ ਦਿੱਤਾ ਗਿਆ ਸੀ ਰੌਲਾ ਪਿਆ ਹੋਇਆ ਸੀ ਇਸ ਮੁੱਦੇ ਤੇ ਉਹਨਾਂ ਦੇ ਘਰ ਵੀ ਪਹੁੰਚੇ ਭਗਵੰਤ ਮਾਨ ਆਪਣੀ ਸਰਕਾਰ ਦੀ ਨੀਤੀ ਦੇ ਤਹਿਤ ਉਹਨਾਂ ਨੇ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਸੌਂਪੀ ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਖਿਆ ਜਦੋਂ ਅਗਨੀ ਵੀਰ ਯੋਜਨਾ ਇਹ ਲਾਂਚ ਕਰ ਰਹੀ ਸੀ ਕੇਂਦਰ ਸਰਕਾਰ ਅਸੀਂ ਉਦੋਂ ਵੀ ਆਖਿਆ ਸੀ ਇਹ ਸਹੀ ਨਹੀਂ ਹੈ ਇਹ ਬਿਲਕੁਲ ਗਲਤ ਹੈ 4 ਸਾਲਾਂ ਲਈ ਤੁਸੀਂ ਭਰਤੀ ਕਰਨਾ ਹੈ ਕਿਸੇ ਨੌਜਵਾਨ ਨੂੰ 6 ਮਹੀਨਿਆਂ ਦੀ ਟ੍ਰੇਨਿੰਗ ਹੈ ਸਾਢੇ 3 ਸਾਲ ਰੱਖ ਕੇ 22 23 ਸਾਲ ਦਾ ਮੁੰਡਾ ਤੁਸੀਂ ਕਹਿ ਦੇਣਾ ਹੈ ਕਿ ਜਾਓ ਹੁਣ ਉਹ ਨਾ ਤਾਂ ਕਿਸੇ ਮੌਜੂਦਾ ਅਹੁਦੇ ਤੇ ਨਾ ਹੀ ਉਹ ਰਿਟਾਇਰਾਂ ਦੇ ਵਿੱਚ ਇਹ ਨੀਤੀ ਖਰਾਬ ਹੈ ਇਹ ਲਾਗੂ ਨਹੀਂ ਕੀਤੀ ਜਾਣੀ ਚਾਹੀਦੀ ਸੀ ਅਤੇ ਹੁਣ ਇੰਨਾ ਵੱਡਾ ਦੇਸ਼ ਦਾ ਬਜਟ ਰੱਖਿਆ ਬਜਟ ਬਹੁਤ ਵੱਡਾ ਹੈ ਇੱਕ ਐਂਬੂਲੈਂਸ ਅਤੇ ਚਾਰ ਸਲੂਟ ਨਹੀਂ ਮਾਰੇਗੇ ਤੁਹਾਡੇ ਕੋਲੋਂ ਸ਼ਹੀਦਾਂ ਦੇ ਲਈ ਸ਼ਹੀਦਾਂ ਦੀ ਵੀ ਕੋਈ ਹੁਣ ਤੁਸੀਂ ਕੈਟਾਗਰੀ ਬਣਾ ਕੇ ਰੱਖ ਦਿੱਤੀ ਹੈ ਕਿ ਇਸ ਸ਼੍ਰੇਣੀ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਨਮਾਨ ਦੇਵਾਂਗੇ ਦੂਜਿਆਂ ਨੂੰ ਨਹੀਂ ਦੇਵਾਂਗੇ ਸ਼ਹਾਦਤ ਇੱਕੋ ਜਿਹੀ ਹੁੰਦੀ ਹੈ ਜਾਣ ਸਭ ਦੇ ਵਿੱਚ ਇੱਕੋ ਜਿਹੀ ਹੁੰਦੀ ਹੈ ਕੇਂਦਰ ਸਰਕਾਰ ਦੀ ਨੀਤੀ ਬਿਲਕੁਲ ਠੀਕ ਨਹੀਂ ਹੈ ਪਰ ਅਸੀਂ ਆਪਣੀ ਨੀਤੀ ਤੇ ਕਾਇਮ ਹਾਂ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਵੀ ਦੇ ਰਹੇ ਹਾਂ ਅਤੇ ਜੋ ਵੀ ਪੰਜਾਬ ਸਰਕਾਰ ਦੇ ਵੱਲੋਂ ਪਰਿਵਾਰ ਦੀ ਮਦਦ ਕੀਤੀ ਜਾ ਸਕਦੀ ਹੋਵੇਗੀ ਅਸੀਂ ਜ਼ਰੂਰ ਕਰਾਂਗੇ ਮੁੱਖ ਮੰਤਰੀ ਨੇ ਇਹ ਸਭ ਗੱਲਾਂ ਇਸ ਮੌਕੇ ਆਖੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਪੰਜਾਬ ਦੇ ਵਿੱਚ ਰੁਕ ਗਈ ਹੈ ਹੜਤਾਲਾਂ ਦੇ ਕਰਕੇ ਪਹਿਲਾਂ ਮਜ਼ਦੂਰਾਂ ਨੇ ਹੜਤਾਲ ਕੀਤੀ ਸੀ ਉਦੋਂ ਝਟਕਾ ਲੱਗ ਗਿਆ ਸੀ ਉਸ ਤੋਂ ਬਾਅਦ ਆੜਤੀਆਂ ਨੇ ਹੜਤਾਲ ਕੀਤੀ ਸਰਕਾਰ ਨੇ ਉਹ ਖਤਮ ਕਰਵਾਈ ਹੁਣ ਸੈਲਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੌਣੇ 3 ਕਰੋੜ ਫਸਲਾਂ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ ਪੂਰੀ ਤਰ੍ਹਾਂ ਖਰੀਦ ਪ੍ਰਕਿਰਿਆ ਲਈ ਹੁਣ ਲੱਥ ਗਈ ਹੈ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਸੈਲਰ ਮਾਲਕਾਂ ਦੇ ਵੱਲੋਂ ਕਿਉਂਕਿ ਉਹਨਾਂ ਦਾ ਪੇਚਾ ਐਫਸੀਆਈ ਦੇ ਨਾਲ ਪਿਆ ਹੋਇਆ ਐਫਸੀਆਈ ਨੇ ਕੁਝ ਸ਼ਰਤਾਂ ਰੱਖੀਆਂ ਨੇ ਜੋ ਸੈਲਰ ਮਾਲਕ ਕਹਿੰਦੇ ਨੇ ਕਿ ਅਸੀਂ ਪੂਰੀਆਂ ਨਹੀਂ ਕਰ ਸਕਦੇ ਪਿਛਲੇ ਸਾਲ ਵਾਲਾ ਝੋਨਾ ਹੀ ਐਫਸੀਆਈ ਦੇ ਵੱਲੋਂ ਸਾਨੂੰ ਵਾਪਸ ਭੇਜਿਆ ਜਾ ਰਿਹਾ ਹੈ ਰੀਜੈਕਟ ਕੀਤਾ ਜਾ ਰਿਹਾ ਹੈ 1 ਸਾਲ ਬਾਅਦ ਹੁਣ ਰਿਜੈਕਟ ਕਰ ਰਿਹਾ ਹੈ ਐਫਸੀਆਈ ਜਦੋਂ ਪਹਿਲਾਂ ਹੀ ਸਾਡਾ ਫਿਰ ਐਕਸੈਪਟ ਨਹੀਂ ਹੋਇਆ ਅਸੀਂ ਅਗਲਾ ਚੋਨਾ ਕਿਵੇਂ ਖਰੀਦੀਏ ਜੋ ਸ਼ਰਤਾ ਰੱਖੀਆਂ ਨੇ ਉਹ ਅਸੀਂ ਪੂਰੀਆਂ ਨਹੀਂ ਕਰ ਸਕਦੇ ਇਸ ਕਰਕੇ ਆਪਣੀਆਂ ਚਾਬੀਆਂ ਵੀ ਸੈਲਰਾਂ ਦੀਆਂ ਚਾਬੀਆਂ ਅਧਿਕਾਰੀਆਂ ਨੂੰ ਸੌਂਪਣ ਲਈ ਪਹੁੰਚ ਗਏ ਸੈਲਰਾਂ ਦੇ ਮਾਲਕ ਰੋਸ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਸਾਨੂੰ ਤੰਗ ਨਾ ਕਰੋ ਅਸੀਂ ਤੰਗ ਹੋਵਾਂਗੇ ਕਿਸਾਨ ਤੰਗ ਹੋਣਗੇ ਮੰਡੀਆਂ ਦਾ ਕੰਮ ਰੁਕ ਜਾਵੇਗਾ ਕੇਂਦਰ ਸਰਕਾਰ ਅਜਿਹਾ ਨਾ ਕਰੇ ਪੰਜਾਬ ਸਰਕਾਰ ਵੀ سنجੀਦਗੀ ਦਿਖਾਵੇ ਅਤੇ ਮਸਲੇ ਦਾ ਹੱਲ ਕਰਵਾਵੇ ਸੇਲਰ ਮਾਲਕਾਂ ਦੇ ਵੱਲੋਂ ਇਹ ਮੰਗ ਦੋਵਾਂ ਸਰਕਾਰਾਂ ਦੇ ਅੱਗੇ ਰੱਖੀ ਗਈ ਹੈ ਅਗਲੀ ਖਬਰ ਦੇ ਵੱਲ ਵਾਧੇ ਆ ਇੱਕ ਪਾਸੇ ਤਾਂ ਹੜਤਾਲਾਂ ਦੀ ਮਾਰ ਪੈ ਰਹੀ ਹੈ ਕਿਸਾਨਾਂ ਤੇ ਉਹਨਾਂ ਦਾ ਝੋਨਾ ਨਹੀਂ ਵਿਕ ਰਿਹਾ ਉਧਰ ਦੂਜੇ ਪਾਸੇ ਮੀਹਾ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰਕੇ ਰੱਖ ਦਿੱਤਾ ਹੈ ਝੋਨਾ ਖਰਾਬ ਹੋ ਰਿਹਾ ਹੈ ਭੇਜ ਰਿਹਾ ਏ ਭਾਵ ਇਹ ਖੇਤਾਂ ਦੇ ਵਿੱਚ ਹੋਵੇ ਜਿਹੜੇ ਇੱਕ ਪੱਕੀ ਫਸਲ ਖੜੀ ਹੈ ਖੇਤਾਂ ਦੇ ਵਿੱਚ ਉਸਦੇ ਵੀ ਮੀਂਹ ਪਈ ਜਾਂਦਾ ਏ ਉਹ ਵੀ ਖਰਾਬ ਹੋਈ ਜਾਂਦਾ ਏ ਅਤੇ ਜਿਹੜਾ ਮੰਡੀਆਂ ਦੇ ਵਿੱਚ ਪਿਆ ਏ ਉਹ ਵੀ ਮੀਂਹ ਦੇ ਵਿੱਚ ਭਿੱਜੀ ਜਾ ਰਿਹਾ ਹੈ ਜਿਸ ਤੋਂ ਬਾਅਦ ਕਿਸਾਨ ਲਗਾਤਾਰ ਪੜਾਸਾਂ ਕੱਢ ਰਹੇ ਨੇ ਖਾਸ ਤੌਰ ਤੇ ਉਹ ਜਿਹੜੇ ਕਿ ਮੰਡੀਆਂ ਦੇ ਵਿੱਚ ਝੋਨਾ ਸੁੱਟ ਕੇ ਬੈਠੇ ਨੇ ਜਿਹੜੇ ਮੰਡੀਆਂ 'ਚ ਬੈਠੇ ਕਿਸਾਨ ਨੇ ਉਹਨਾਂ ਨੇ ਆਖਿਆ ਕਿ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਸਹੀ ਪ੍ਰਬੰਧ ਨਹੀਂ ਕੀਤੇ ਗਏ, ਤਰਪਾਲਾਂ ਤੱਕ ਦੇ ਪ੍ਰਬੰਧ ਨਹੀਂ ਕੀਤੇ ਗਏ, ਛੱਡਾਂ ਦੇ ਪ੍ਰਬੰਧ ਨਹੀਂ ਕੀਤੇ ਗਏ ਤਾਂ ਇਹਨਾਂ ਨੇ ਸਾਡੀਆਂ ਫਸਲਾਂ ਦਾ ਪ੍ਰਬੰਧ ਕੀ ਕਰਨਾ ਹੈ? ਇਹਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਜਿਨ੍ਹਾਂ ਦੀਆਂ ਫਸਲਾਂ ਖੇਤਾਂ ਦੇ ਵਿੱਚ ਖਰਾਬ ਹੋ ਰਹੀਆਂ ਨੇ, ਉਹਨਾਂ ਕਿਸਾਨਾਂ ਦੇ ਵੱਲੋਂ ਤਾਂ ਹੁਣ ਮੁਆਵਜ਼ੇ ਦੀ ਮੰਗ ਵੀ ਕੀਤੀ ਜਾਣ ਲੱਗ ਪਈ ਹੈ ਕਿਉਂਕਿ ਕਿਸਾਨ ਕਹਿੰਦੇ ਨੇ ਜਿਹੜਾ ਖਰਚਾ ਹੋਇਆ ਸੀ ਉਹ ਵੀ ਪੁਰਾਣੀ ਹੋਣਾ ਜਾਪਦਾ ਕਿਉਂਕਿ ਝੋਨਾ ਪੱਕਿਆ ਪਿਆ ਹੈ ਉਤੋਂ ਮੀਂਹ ਪੈ ਗਿਆ ਹੈ ਵਾੜੀਆਂ ਵੀ ਰੁਕ ਗਈਆਂ ਨੇ ਕਿਉਂਕਿ ਕੰਬਾਈਨ ਖੇਤਾਂ ਦੇ ਵਿੱਚ ਖੁੱਬ ਜਾਣੀ ਹੈ ਇਸ ਕਰਕੇ ਵਾੜੀਆਂ ਵੀ ਰੁਕ ਗਈਆਂ ਨੇ ਜੇਪੀ ਜੇ ਝੋਨੇ ਨੂੰ ਮੰਡੀਆਂ ਦੇ ਵਿੱਚ ਲੈ ਕੇ ਜਾਵਾਂਗੇ ਉਥੇ ਖਰੀਦ ਨਹੀਂ ਹੋਣੀ ਹੈ ਸਾਨੂੰ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਆ ਰਹੀਆਂ ਨੇ ਕੁਦਰਤੀ ਮਾਰਵੀ ਸਾਨੂੰ ਪੈ ਗਈ ਹੈ ਕਿਸਾਨਾਂ ਦੇ ਵੱਲੋਂ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ ਅਤੇ ਜੋ ਵੀ ਕੁਦਰਤੀ ਮਾਰ ਪਈ ਹੈ ਉਸ ਤੇ ਦੁੱਖ ਇਜ਼ਹਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲੀ ਬਹਿਸ ਦਾ ਚੈਲੰਜ ਵਿਰੋਧੀ ਲੀਡਰਾਂ ਨੂੰ ਕੀਤਾ ਹੋਇਆ ਹੈ 1 ਨਵੰਬਰ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਹੋਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਨਾਮ ਸੁਝਾਏ ਗਏ ਸਨ ਜਿਨ੍ਹਾਂ ਦੇ ਵੱਲੋਂ ਬਹਿਸ ਕਰਵਾਈ ਜਾ ਸਕਦੀ ਹੈ ਬਹਿਸ ਦੀ ਵਿਚੋਲਗੀ ਕੀਤੀ ਜਾ ਸਕਦੀ ਹੈ ਉਹਨਾਂ ਦੇ ਵਿੱਚ ਡਾਕਟਰ ਧਰਨਵੀਰ ਗਾਂਧੀ ਦਾ ਨਾਮ ਵੀ ਜਾਖੜ ਨੇ ਰੱਖਿਆ ਸੀ ਪੱਤਰਕਾਰਾਂ ਨੇ ਡਾਕਟਰ ਗਾਂਧੀ ਨੂੰ ਪੁੱਛ ਲਿਆ ਕਰੋਗੇ ਵਿਚੋਲਗੀ ਕਰਵਾਓਗੇ ਬਹਿਸ ਡਾਕਟਰ ਗਾਂਧੀ ਨੇ ਆਖਿਆ ਬਿਲਕੁਲ ਨਹੀਂ ਅਜਿਹੇ ਮਜਮੇ ਦੇ ਵਿੱਚ ਤਮਾਸ਼ੇ ਦੇ ਵਿੱਚ ਮੈਂ ਨਹੀਂ ਜਾਣਾ ਕਿਉਂਕਿ ਜੇਕਰ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਕਰਨੀ ਹੈ ਵਿਧਾਨ ਸਭਾ ਕਾਦੇ ਲਈ ਬਣਾਈ ਹੈ ਬੈਸਾਂ ਲਈ ਬਣਾਈ ਐ ਉਥੇ ਇੱਕ ਤੁਸੀਂ ਸੈਸ਼ਨ ਸੱਦੋ ਆਪੋ ਆਪਣੇ ਤੁਸੀਂ ਵਿਚਾਰ ਰੱਖੋ ਕਿਸੇ ਸਿੱਟੇ ਤੇ ਪਹੁੰਚੋ ਪਾਣੀਆਂ ਦੇ ਮੁੱਦੇ ਤੇ ਇੱਕ ਜੁੱਟ ਹੋਵੋ ਕਿਉਂਕਿ ਜੇਕਰ ਆਪਸ ਵਿੱਚ ਹੀ ਲੜਦੇ ਰਹਿ ਗਏ ਤਾਂ ਮਸਲਾ ਵਿਗੜ ਜਾਣਾ ਹੈ ਪੰਜਾਬ ਦੇ ਪਾਣੀ ਜਿਹੜੇ ਕਿ ਪਹਿਲਾਂ ਹੀ ਜਾ ਰਹੇ ਨੇ ਦੂਜੇ ਸੂਬਿਆਂ ਦੇ ਵੱਲ ਕੁਝ ਸਾਲਾਂ ਤੱਕ ਪੰਜਾਬ ਬੰਜਰ ਹੋ ਜਾਣਾ ਹੈ ਵੇਲਾ ਹੈ ਮਿਲ ਬੈਠਣ ਦਾ ਪਰ ਭਗਵੰਤ ਮਾ ਨੇ ਇਹ ਨਵੀਂ ਸਿਆਸੀ ਚਾਲ ਖੇਡੀ ਹੈ ਕਿ ਮਜਮਾ ਲਾਵਾਂਗੇ ਸਿਆਸੀ ਤਮਾਸ਼ਾ ਬਣਾਵਾਂਗੇ ਅਤੇ ਮੈਂ ਇਸ ਸਿਆਸੀ ਮਜਮੇ ਦਾ ਬਿਲਕੁਲ ਨਹੀਂ ਬਣਨਾ ਹਿੱਸਾ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਕੋਰੀ ਨਾ ਇਸ ਮੁੱਦੇ ਤੇ ਕਰ ਦਿੱਤੀ ਗਈ ਹੈ ਅੱਗੇ ਵਾਦੇ ਆ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਨੇ ਐਲਾਨ ਕੀਤਾ ਹੈ ਕਿ ਜੇਕਰ 1 ਨਵੰਬਰ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਪਿਤਾ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ 1 ਨਵੰਬਰ ਨੂੰ ਭਗਵੰਤ ਮਾਨ ਦੇ ਨਾਲ ਬਹਿਸ ਕਰਨ ਲਈ ਜ਼ਰੂਰ ਜਾਣਗੇ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਹੁਣ ਰਿਮਾਂਡ ਨਹੀਂ ਮਿਲਿਆ ਖੈਰਾ ਦਾ ਚਾਰ ਵਾਰ ਰਿਮਾਂਡ ਮਿਲ ਚੁਕਿਆ ਸੀ ਪਰ ਹੁਣ ਰਿਮਾਂਡ ਨਹੀਂ ਮਿਲਿਆ ਨਿਆਇਕ ਹਿਰਾਸਤ ਤੇ ਸੁਖਪਾਲ ਸਿੰਘ ਖੈਰਾ ਨੂੰ ਭੇਜ ਦਿੱਤਾ ਗਿਆ ਹੈ ਮਹਿਤਾਬ ਖੈਰਾ ਕਹਿੰਦੇ ਨੇ 19 ਤਰੀਕ ਨੂੰ ਜ਼ਮਾਨਤ ਤੇ ਸੁਣਵਾਈ ਹੈ ਜੇਕਰ ਜ਼ਮਾਨਤ ਮਿਲ ਗਈ ਤਾਂ 1 ਨਵੰਬਰ ਨੂੰ ਸੁਖਪਾਲ ਸਿੰਘ ਖੈਰਾ ਭਗਵੰਤ ਮਾਨ ਦੇ ਨਾਲ ਬਹਿਸ ਖੁੱਲੀ ਬਹਿਸ ਜ਼ਰੂਰ ਕਰਨਗੇ ਮਹਿਤਾਬ ਖੈਰਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਾਦੇ ਆ ਭਾਜਪਾ ਦੇ ਆਗੂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੀ ਰਾਹਤ ਮਿਲ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਫੜਨ ਲਈ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸਨ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋਇਆ ਸੀ ਪਰ ਫੜੇ ਨਹੀਂ ਗਏ ਪਹਿਲਾਂ ਉਹਨਾਂ ਨੇ ਬਠਿੰਡਾ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹ ਖਾਰਜ ਹੋ ਗਈ ਸੀ ਭਾਵ ਜ਼ਮਾਨਤ ਨਹੀਂ ਮਿਲੀ ਸੀ ਉਸ ਤੋਂ ਬਾਅਦ ਵਕੀਲਾਂ ਨੇ ਕੀਤਾ ਹਾਈ ਕੋਰਟ ਦਾ ਰੁਖ ਉਥੇ ਅਪੀਲ ਪਾਈ ਜਿਹੜੀ ਅਪੀਲ ਮੰਜ਼ੂਰ ਹੋ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਮਨਪ੍ਰੀਤ ਸਿੰਘ ਬਾਦਲ ਦੀ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਆ ਸਕਦੇ ਨੇ ਕਿਉਂਕਿ ਜਦੋਂ ਤੋਂ ਉਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਅੰਡਰਗ੍ਰਾਉਂਡ ਹੋ ਚੁੱਕੇ ਨੇ ਰੂਪੋਸ਼ ਆ ਹੋ ਚੁੱਕੇ ਨੇ ਅਤੇ ਹੁਣ ਉਹ ਸਾਹਮਣੇ ਆ ਸਕਦੇ ਨੇ ਕਿਉਂਕਿ ਆ ਗਾਉ ਜ਼ਮਾਨਤ ਮਿਲ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਵੱਡੇ ਕਪਲੇ ਦਾ ਧੂਆਂ ਹੁਣ ਪੂਰੇ ਪੰਜਾਬ ਦੇ ਵਿੱਚ ਉੱਡਣ ਲੱਗ ਪਿਆ ਏ ਪਹਿਲਾਂ ਪਟਿਆਲਾ ਜ਼ਿਲ੍ਹੇ ਤੋਂ ਹੀ ਕੁਝ ਖਬਰਾਂ ਸਾਹਮਣੇ ਆਈਆਂ ਸਨ ਕਿ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਗਿਣਤੀ ਵੱਧ ਦੱਸੀ ਗਈ ਹੈ ਤਾਂ ਜੋ ਸਰਕਾਰ ਦੇ ਕੋਲੋਂ ਵੱਧ ਪੈਸਾ ਵਸੂਲਿਆ ਜਾ ਸਕੇ ਅਤੇ ਹੁਣ ਲੁਧਿਆਣੇ ਵਰਗੇ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਦੀਆਂ ਚਰਚਾਵਾਂ ਹੋਣ ਲੱਗ ਪਈਆਂ ਨੇ ਕਿ ਡਾਕਟਰਾਂ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਦੱਸ ਕੇ ਸਰਕਾਰ ਦੇ ਕੋਲੋਂ ਵੱਧ ਪੈਸਾ ਵਸੂਲਿਆ ਗਿਆ ਹੈ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਰਕਾਰ ਨੂੰ ਆ ਜਾਣ ਲੱਗ ਪਿਆ ਏ ਹੁਣ ਚਰਚਾਵਾਂ ਇਹ ਨੇ ਕਿ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਏ ਅਤੇ ਧਿਆਨ ਦੇਣ ਲੱਗ ਪਈ ਏ ਇਸਾ ਮੁੱਦੇ ਦੇ ਵੱਲ ਹੁਣ ਟ੍ਰਿਬਿਊਨ ਦੀ ਰਿਪੋਰਟ ਸਾਹਮਣੇ ਆਈ ਏ ਜਿਸ ਦੇ ਮੁਤਾਬਕ ਪਟਿਆਲਾ ਦੇ ਵਿੱਚ ਪੰਜ ਅਜਿਹੇ ਮੁਹੱਲਾ ਕਲੀਨਿਕਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਜਿਨ੍ਹਾਂ ਦੇ ਵਿੱਚ ਸੋ ਮਰੀਜ਼ਾਂ ਦੀ ਗਿਣਤੀ ਇੱਕ ਦਿਨ ਦੇ ਵਿੱਚ 100 ਤੋਂ ਵੀ ਵੱਧ ਮਰੀਜ਼ਾਂ ਦੀ ਗਿਣਤੀ ਪਾਈ ਗਈ ਹੈ ਕਿਉਂਕਿ 6 ਘੰਟੇ ਇੱਕ ਡਾਕਟਰ ਦੀ ਡਿਊਟੀ ਹੁੰਦੀ ਹੈ 360 ਮਿੰਟ ਜੇਕਰ ਇੱਕ ਮਰੀਜ਼ ਨੂੰ 5 ਮਿੰਟ ਲਈ ਵੀ ਡਾਕਟਰ ਵੇਖਦਾ ਹੈ ਤਾਂ ਵੱਧ ਤੋਂ ਵੱਧ 6 ਘੰਟਿਆਂ ਦੇ ਵਿੱਚ 72 ਮਰੀਜ਼ ਵੇਖੇ ਜਾ ਸਕਦੇ ਹਨ ਪਰ ਜਿੰਨਾ ਮਹੱਲਾ ਕਲੀਨਿਕਾਂ ਦੇ ਵਿੱਚ 100 ਤੋਂ ਵੀ ਵੱਧ ਕਈ ਥਾਵਾਂ ਤੇ ਤਾਂ 200 ਮਰੀਜ਼ 6 ਘੰਟਿਆਂ ਦੇ ਵਿੱਚ ਹੀ ਵੇਖ ਲੈ ਡਾਕਟਰਾਂ ਨੇ ਅਜੇ ਵੀ ਦਾਅਵੇ ਕੀਤੇ ਹਨ ਅਤੇ ਉਹਨਾਂ ਦੇ ਵਿੱਚ ਵੀ ਹੁਣ ਜਾਂਚ ਕਰਵਾਈ ਜਾ ਸਕਦੀ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਦੀ ਇਸ ਪ੍ਰਾਪਤੀ ਨੂੰ ਤਾਂ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਉਣਾ ਚਾਹੀਦਾ ਹੈ 360 ਮਿੰਟਾਂ ਦੇ ਵਿੱਚ 300 ਤੋਂ ਵੱਧ ਮਰੀਜ਼ ਵੇਖ ਲੈ ਇੱਕ ਡਾਕਟਰ ਨੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਭਾਵਾ ਹੁਣ ਵਿਰੋਧੀ ਪਾਰਟੀਆਂ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਟਿਚਰਾ ਕਰਨ ਲੱਗ ਪਏ ਨੇ ਕਿ ਇੱਕ ਘਪਲਾ ਹੋਇਆ ਏ ਅਤੇ ਸਰਕਾਰ ਨੂੰ ਪਤਾ ਤੱਕ ਵੀ ਨਹੀਂ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਗੱਲਾਂ ਆਖੀਆਂ ਜਾਣ ਲੱਗ ਪਈਆਂ ਨੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਜਾਂਚ ਦੀ ਮੰਗ ਕਰ ਚੁੱਕੇ ਨੇ ਅਤੇ ਹੁਣ ਤੰਜ਼ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਕਾਸ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਦੀ ਇੱਕ ਬੈਠਕ ਹੋਈ ਜਿਸ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਗਿਆ ਪੰਜ ਜਥੇਦਾਰਾਂ ਦੇ ਵੱਲੋਂ ਜਿਸ ਦੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਆਖਿਆ ਕਿ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਡੈਸਟੀਨੇਸ਼ਨ ਵੈਡਿੰਗ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਜਾਣ ਤੇ ਪਾਬੰਦੀ ਲਾਈ ਜਾਂਦੀ ਹੈ ਡੈਸਟੀਨੇਸ਼ਨ ਵੈਡਿੰਗ ਹੁੰਦੀ ਹੈ ਜਦੋਂ ਕੋਈ ਆਪਣਾ ਵਿਆਹ ਕਿਸੇ ਖਾਸ ਜਗ੍ਹਾ ਤੇ ਜਾ ਕੇ ਕਰਵਾਉਂਦਾ ਹੈ ਕੋਈ ਸਮੁੰਦਰ ਕੰਢੇ ਜਾ ਕੇ ਕਰਵਾਉਂਦਾ ਏ ਕੋਈ ਰਾਜਸਥਾਨ ਦੇ ਪੁਰਾਣੇ ਮਹੱਲਾਂ ਦੇ ਵਿੱਚ ਜਾ ਕੇ ਕਰਵਾਉਂਦਾ ਏ ਕੋਈ ਖਾਸ ਪਹਾੜਾਂ ਦੇ ਵਿੱਚ ਜਾ ਕੇ ਕਿਸੇ ਖਾਸ ਰਿਜ਼ੋਰਟ ਦੇ ਵਿੱਚ ਜਾ ਕੇ ਕਰਵਾਉਂਦਾ ਏ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਆਪਣੇ ਹਿਸਾਬ ਦੇ ਨਾਲ ਉੱਥੇ ਨਿਵਾਜਿਆ ਜਾਂਦਾ ਹੈ ਉਸ ਨੂੰ ਰੱਖਿਆ ਜਾਂਦਾ ਹੈ ਜਿਸ ਨੂੰ ਲੈ ਕੇ ਕਈ ਵਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇੱਕ ਮਰਿਆਦਾ ਦੀ ਉਲੰਘਣਾ ਵੀ ਹੋ ਗਈ ਹੈ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜ਼ਥੇਦਾਰਾਂ ਦੇ ਕੋਲ ਹੁਣ ਫੈਸਲਾ ਲਿਆ ਗਿਆ ਹੈ ਕਿ ਡੈਸਟੀਨੇਸ਼ਨ ਵੈਡਿੰਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਣਾ ਬੈਨ ਕਰ ਦਿੱਤਾ ਗਿਆ ਹੈ ਪੂਰਨ ਤੌਰ ਤੇ ਪਾਬੰਦੀ ਜ਼ਥੇਦਾਰ ਦੇ ਵੱਲੋਂ ਲਾ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਾਧੇ ਹਨ ਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਂਡੇ ਖੜਕਾ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇੰਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਿਤਕਰਾ ਹੋ ਰਿਹਾ ਏ ਜੋ ਮਜ਼ਦੂਰੀ ਹੈ ਉਸ ਨੂੰ 12 ਘੰਟੇ ਕਰ ਦਿੱਤਾ ਗਿਆ ਏ 8 ਘੰਟੇ ਮਜ਼ਦੂਰੀ ਠੀਕ ਸੀ ਪਰ 12 ਘੰਟੇ ਕਿਉਂ ਸਾਡੇ ਨਾਲ ਤੱਕ ਆ ਕੀਤਾ ਗਿਆ ਹੈ ਜੋ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਹੈ ਕਾਨੂੰਨ ਦੇ ਮੁਤਾਬਿਕ ਸਾਨੂੰ ਸਾਲ ਦੇ ਵਿੱਚ ਘੱਟੋ-ਘੱਟ 100 ਵਾਰ 100 ਦਿਨ ਰੋਜ਼ਗਾਰ ਨਹੀਂ ਮਿਲਦਾ ਹੈ ਸਾਨੂੰ ਘੱਟੋ-ਘੱਟ ਮਜ਼ਦੂਰੀ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਿਕ ਇਹ ਸਭ ਮੰਗਾਂ ਰੱਖ ਕੇ ਭਾਂਡੇ ਖੜਕਾ ਕੇ ਇਹਨਾਂ ਨਰੇਗਾ ਵਰਕਰਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਜਲੰਧਰ ਦੇ ਵਿੱਚ ਅਚਾਨਕ ਹੀ ਨਾਕਾ ਲਾ ਲਿਆ ਗਿਆ ਅਤੇ ਜਿਹੜੀਆਂ ਖਾਸ ਤੌਰ ਤੇ ਟੂਰਿਸਟ ਬੱਸਾਂ ਹਨ ਜਿਹੜੀਆਂ ਕਿ ਦੂਰ ਦੇ ਸਫ਼ਰ ਤੈਅ ਕਰਦੀਆਂ ਨੇ ਉਹਨਾਂ ਦੇ ਵਿੱਚ ਛਾਪੇ ਮਾਰੀ ਕੀਤੀ ਗਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਆਪ ਬੱਸਾਂ ਦੇ ਵਿੱਚ ਚੜ੍ਹ ਚੜ੍ਹ ਕੇ ਉਹਨਾਂ ਨੇ ਸਵਾਰੀਆਂ ਗਿਣੀਆਂ ਲੜਜੀਤ ਸਿੰਘ ਪੁੱਲਰ ਕਹਿੰਦੇ ਨੇ ਜੇਕਰ ਕਿਸੇ ਬੱਸ ਦੇ ਕੋਲ 60 ਸਵਾਰੀਆਂ ਦਾ ਪਰਮਿਟ ਹੈ ਉਸ ਦੇ ਵਿੱਚ 100-100 ਸਵਾਰੀਆਂ ਬਿਠਾਈਆਂ ਨੇ ਜੋ ਕਿ ਲੋਕਾਂ ਦੀ ਜਾਨ ਦੇ ਨਾਲ ਵੀ ਖਿਲਵਾੜ ਹੈ ਅਤੇ ਪੰਜਾਬ ਸਰਕਾਰ ਦੇ ਨਾਲ ਅਤੇ ਕਾਨੂੰਨ ਦੇ ਨਾਲ ਵੀ ਧੋਖਾ ਹੈ ਬਹੁਤ ਸਾਰੀਆਂ ਬਸਾਂ ਦੇ ਚਲਾਨ ਮੌਕੇ ਤੇ ਹੀ ਟਰਾਂਸਪੋਰਟ ਮੰਤਰੀ ਨੇ ਆਪ ਕਟਵਾਏ ਹਨ ਅੱਗੇ ਵਧਦੇ ਹਾਂ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਮੀਂਹ ਦੀ ਭਵਿੱਖਬਾਣੀ ਕਰ ਦਿੱਤੀ ਹੈ 16 ਅਕਤੂਬਰ ਵਾਲੇ ਦਿਨ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਜਿਸ ਦੇ ਨਾਲ ਪਾਰਾ ਹੋਰ ਵੀ ਡਿੱਗ ਗਿਆ ਠੰਡ ਵੱਧ ਗਈ ਅਤੇ ਹੁਣ ਮੌਸਮ ਵਿਭਾਗ ਨੇ ਆਖਿਆ ਹੈ ਕਿ 17 ਅਕਤੂਬਰ ਵਾਲੇ ਦਿਨ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਜ਼ਰੂਰਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ